you mm -hmm. ਹਰੇ ਕਿਸਾਨ ਵੀਰੋ ਤੇ ਭੈਣੋ ਹਮੇਸ਼ਾ ਆਪਾਂ ਇਹ ਗੱਲ ਕਰਦੇ ਰਹਿੰਨੇ ਆ ਕਿ ਜਦੋਂ ਅਸੀਂ ਖੇਤੀ ਦੇ ਵਿੱਚ ਵਿਕਾਸ ਦੀ ਗੱਲ ਕਰਨੇ ਆ ਤੇ ਉਹਦੇ ਵਿੱਚ ਦੋ ਗੱਲਾਂ ਬੜੀਆਂ ਜ਼ਰੂਰੀ ਨੇ ਇੱਕ ਤੇ ਹੈ ਤਕਨੀਕੀ ਗਿਆਨ ਤੇ ਦੂਜਾ ਹੈ ਤਕਨੀਕੀ ਗਿਆਨ ਦਾ ਵਿਚਾਰ ਵਟਾਂਦਰਾ ਕਿਉਂਕਿ ਜਦੋਂ ਅਸੀਂ ਵਿਚਾਰ ਵਟਾਂਦਰਾ ਕਰਨੇ ਆ ਗੱਲਬਾਤ ਕਰਨੇ ਆ ਤੇ ਫਿਰ ਨਵੇਂ ਰਾਹ ਵੀ ਨਿਕਲਦੇ ਨੇ ਤੇ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਰਸਤੇ ਵੀ ਆਪਣੇ ਸਾਹਮਣੇ ਸਾਬਤ ਹੋ ਜਾਂਦੇ ਨੇ ਇਸੇ ਸੋਚ ਨਾਲ ਅਸੀਂ ਆਮੜੇ ਸਾਹਮਣੇ ਦਾ ਮੰਚ ਤੁਹਾਡੇ ਲਈ ਲੈ ਕੇ ਆਉਂਨੇ ਆ ਅੱਜ ਅਸੀਂ ਆਏ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਭੂੰਗਾ ਦੇ ਪਿੰਡ ਫਤਿਹਪੁਰ ਚ ਮਹਿਕਮਾ ਜ਼ਰਾਇਤ ਦੇ ਜਿਹੜੇ ਮੁੱਖ ਸਾਇੰਸਦਾਨ ਨੇ ਸਾਰੇ ਇੱਥੇ ਅੱਜ ਮੌਜੂਦ ਨੇ ਜ਼ਿਲ੍ਹੇ ਦੇ ਮੁਖੇ ਤੇ ਬੜੀ ਅਫਸਰ ਨੇ ਡਾਕਟਰ ਗੁਰਦੇਵ ਸਿੰਘ ਜੀ ਉਹਨਾਂ ਦੇ ਨਾਲ ਪੂਰੀ ਟੀਮ ਹੈ ਡਾਕਟਰ ਜਸਵੀਰ ਸਿੰਘ ਡਾਕਟਰ ਸੁਖਪਾਲ ਵੀਰ ਸਿੰਘ ਡਾਕਟਰ ਸੰਦੀਪ ਸਿੰਘ ਡਾਕਟਰ ਮੈਡਮ ਸੰਦੀਪ ਸੈਣੀ ਜੀ ਡਾਕਟਰ ਕਿਰਨਜੀਤ ਸਿੰਘ ਜੀ ਇਹ ਸਾਰੇ ਮਾਹਿਰ ਇੱਥੇ ਹੈਗੇ ਨੇ ਤੇ ਵਿਚਾਰ ਵਟਾਂਦਰਾ ਆਪਾਂ ਕਰਨਾ ਹੈ ਕਿਸਾਨਾਂ ਦੇ ਸਵਾਲ ਵੀ ਹੋਣਗੇ ਔਰ ਮੁੱਖ ਅਸੀਂ ਵਿਸ਼ਾ ਜਿਹੜਾ ਲਿਆ ਹੈ ਉਹ ਲਿਆ ਕਿ ਵਾਤਾਵਰਨ ਦਾ ਬੜਾ ਪ੍ਰਭਾਵ ਪੈ ਰਿਹਾ ਖੇਤੀ ਤੇ ਅਬਾ ਸਾਰੇ ਜਾਣਦੇ ਆ ਅੱਜ ਜੇ ਸੀ ਪਿੱਛੇ ਝਾਤ ਮਾਰੀਏ ਕਣਕ ਦੇ ਉੱਤੇ ਵੀ ਵਾਤਾਵਰਨ ਦਾ ਪ੍ਰਭਾਵ ਪਿਆ ਝੋਨੇ ਦੇ ਉੱਤੇ ਵੀ ਨਵੀਆਂ ਬਿਮਾਰੀਆਂ ਆਉਣ ਡਈਆਂ ਇਹ ਸਾਰਾ ਕੁਝ ਕਈ ਵਾਰੀ ਸਾਡੇ ਸੋਹਣੇ ਹਿੱਤਾਂ ਕਰਕੇ ਵੀ ਹੁੰਦਾ ਅਸੀਂ ਕਾਲੀ ਜੀ ਕਈ ਵਾਰੀ ਇਹੋ ਜਿਹਾ ਪ੍ਰਾਲੇ ਕਰ ਬੰਨੇ ਆ ਜਿਸ ਦੇ ਨਾਲ ਵਾਤਾਵਰਨ ਪਲੀਤ ਹੁੰਦਾ ਅਸੀਂ ਚਾਹੇ ਉਹ ਸ਼ਹਿਰ ਏ ਚਾਹੇ ਪਿੰਡ ਏ ਹਰ ਬੰਦੇ ਦਾ ਆਪਣਾ ਇੱਕ ਰੋਲ ਏ ਇਸ ਪੱਖੋਂ ਵੀ ਆ ਜਾ ਗੱਲ ਨਿਖਾਰਨ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਕਿਹੜੇ ਉਪਰਾਲੇ ਕਰਨੇ ਨੇ ਤਾਂ ਕਿ ਵਾਤਾਵਰਨ ਨੂੰ ਸਾਂਭ ਸਕੀਏ ਗੱਲਬਾਤ ਦਾ ਆਗਾਜ਼ ਕਰਨੇ ਆ ਡਾਕਟਰ ਗੁਰਦੇਵ ਸਿੰਘ ਬੜੇ ਅਗਾਹ ਬਦੂ ਮੁੱਖਿਤ ਬੜੀ ਅਫਸਰ ਨੇ ਪੰਜਾਬ ਸੂਬੇ ਦੇ ਅੱਜ ਇੱਥੇ ਮੌਜੂਦ ਨੇ ਡਾਕਟਰ ਸਾਹਿਬ ਜੇ ਅਸੀਂ ਆਮਨੇ ਸਾਹਮਣੇ ਦੇ ਮੰਚ ਦੇ ਵਿੱਚ ਆਪਾਂ ਆਏ ਆ ਔਰ ਦੇਖੋ ਵਾਤਾਵਰਨ ਦੀ ਗੱਲ ਚੱਲਣ ਡਈ ਏ ਔਰ ਤੁਸੀਂ ਅਮਰੀਕਾ ਨਾਲ ਬੜੇ ਵਧੀਆ ਥਾਂ ਦੇ ਉੱਤੇ ਕੰਮ ਕਰਨ ਡੇ ਹੋ ਕਿ ਇਸ ਜ਼ਿਲ੍ਹੇ ਦੇ ਵਿੱਚ ਰੁੱਖ ਬੜੇ ਆ ਵਾਤਾਵਰਨ ਬੜਾ ਵਧੀਆ ਹੈਗਾ ਪਰ ਫਿਰ ਵੀ ਕਈ ਵਾਰੀ ਪ੍ਰਭਾਵ ਵਾਤਾਵਰਨ ਦਾ ਪੁੱਠਾ ਵੀ ਪੈ ਰਿਹਾ ਸੋ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੀ ਖੇਤੀ ਦੇ ਵਿੱਚ ਵਾਤਾਵਰਨ ਦਾ ਉਤਰਾ ਚੜਾ ਕਿਵੇਂ ਆਪਣਾ ਪ੍ਰਭਾਵ ਪਾਉਣ ਦੇ ਆ ਬਾਅਦ ਚਾਹ ਕਿਸਾਨਾਂ ਨਾਲ ਕੋਈ ਚੱਲਾਂਗੇ ਗੱਲਾਂ ਬਾਤਾਂ ਵੀ ਕਰਾਂਗੇ ਕੀ ਕਹਿਣਾ ਚਾਹੋਗੇ ਵਾਤਾਵਰਨ ਦੇ ਵਿੱਚ ਤਬਦੀਲੀ ਜਾਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਕਿ ਜਦੋਂ ਉਸ ਵਾਤਾਵਰਨ ਦਾ ਆਪਣੇ ਸੁਭਾਅ ਦੇ ਉਲਟ ਕੰਮ ਹੁੰਦਾ ਵੀ ਆਪਣਾ ਜਿਹੜਾ ਵਾਤਾਵਰਨ ਕੁਛ ਆ ਉਹਦਾ ਸੁਭਾਅ ਜਿਹੜਾ ਵਾ ਹੋ ਰਿਹਾ ਲੇਕਿਨ ਉਹਦੇ ਵਿੱਚ ਤਬਦੀਲੀ ਜਿਹੜੀ ਉਹ ਆ ਜਾਂਦੀ ਆ ਜਿਸ ਤਰ੍ਹਾਂ ਗਰਮੀ ਦੇ ਮੌਸਮ ਦੇ ਵਿੱਚ ਉਹ بارش ਹੋਈ ਜਾ ਰਹੀ ਹੈ ਜਾਂ ਉਹਦੀ ਠੰਡ ਪਈ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਣਕ ਦੇ ਸੀਜ਼ਨ ਦੇ ਵਿੱਚ ਜਿਹੜਾ ਫਰਵਰੀ ਦੇ ਵਿੱਚ ਮੌਸਮ ਠੰਡਾ ਹੋਣਾ ਚਾਹੀਦਾ ਸੀ ਆ ਕੇ ਲੇਕਿਨ ਉੱਥੇ ਜਿਹੜੀ ਉਹ ਗਰਮੀ ਪਈ ਜਾ ਰਹੀ ਹੈ ਇਸ ਕਰਕੇ ਜਿਹੜੀ ਇਹ ਚੇਂਜ ਆ ਰਹੀ ਆ ਕੇ ਵਾਤਾਵਰਨ ਦੇ ਵਿੱਚ ਜਿਹੜੀ ਉਹਦੇ ਸੁਭਾਅ ਦੇ ਉਲਟ ਆ ਇਹਨੂੰ ਵਾਤਾਵਰਨ ਜਾਂ ਗਲੋਬਲ ਵਾਰਮਿੰਗ ਦਾ ਜਿਹੜਾ ਉਹ ਨਾਂ ਦਿੱਤਾ ਗਿਆ ਜਿਹੜਾ ਕਿ ਸਾਡੇ ਫਸਲਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਇਹਦਾ ਪ੍ਰਭਾਵ ਪੈ ਰਿਹਾ ਇਹਦਾ ਵਾਤਾਵਰਨ ਦੀ ਤਬਦੀਲੀ ਦੇ ਜਿਹੜੇ ਨੇ ਅੱਗੇ ਫਿਰ ਆ ਜਾਂਦਾ ਵੀ ਕਾਰਨ ਕੀ ਨੇ ਇਹ ਕਿਉਂ ਮਤਲਬ ਕਿ ਤਬਦੀਲੀ ਜਿਹੜੀ ਵਾਤਾਵਰਨ ਦੇ ਵਿੱਚ ਆ ਰਹੀ ਆ ਕੇ ਇਹਦੇ ਵਿੱਚ ਦੇਖੋ ਸਾਡੀ ਸਾਰੀ ਇੰਡਸਟਰੀ ਜਿਹੜੀ ਆ ਉਹ ਲੱਗੀ ਹੋਈ ਆ ਇੱਕ ਤਾਪਮਾਨ ਜਿਹੜਾ ਵਾ ਸਾਡਾ ਵਧ ਰਿਹਾ ਵਾ ਤਾਪਮਾਨ ਵਧਣ ਦਾ ਕਾਰਨ ਹੈਗਾ ਕਿ ਸਾਡੇ ਜਿਵੇਂ ਖੇਤੀ ਦੇ ਪੁਆਇੰਟ ਆਫ 뷰 ਤੋਂ ਲੈ ਲਈਏ ਤੇ ਸਾਡੇ ਖੇਤਾਂ ਦੇ ਵਿੱਚ ਰੰਗ ਖੁੰਦ ਨੂੰ ਕਿਸਾਨ ਵੀਰ ਜਿਹੜੇ ਉਹ ਜ਼ਿਆਦਾਤਰ ਅੱਗ ਲਾ ਦਿੰਦੇ ਨੇ ਜਦੋਂ ਉਦੋਂ ਸਾਡੇ ਜਿਹੜਾ ਵਾਤਾਵਰਨ ਦਾ ਤਾਪਮਾਨ ਜਿਹੜਾ ਉਹ ਵਧ ਜਾਂਦਾ ਜਿਹਦੇ ਨਾਲ ਸਾਡੀ ਜਿਹੜਾ ਉਹਦਾ ਵਾਤਾਵਰਨ ਦਾ ਸੁਭਾਅ ਆ ਜਦੋਂ ਗਰਮੀ ਪੈਣੀ ਚਾਹੀਦੀ ਆ ਉਦੋਂ ਗਰਮੀ ਨਹੀਂ ਪੈਂਦੀ ਜਦੋਂ ਠੰਡ ਹੋ ਉਦੋਂ ਠੰਡ ਨਹੀਂ ਪੈਂਦੀ ਇਸ ਇਲਾਕੇ ਦੇ ਖੇਤੀਬਾੜੀ ਅਫਸਰ ਨੇ ਜਿਸ ਜਿਹੜੇ ਇੱਥੇ ਕੰਮ ਕਰਨ ਦੇ ਨੇ ਡਾਕਟਰ ਜਸਵੀਰ ਸਿੰਘ ਡਾਕਟਰ ਸਾਹਿਬ ਤੁਸੀਂ ਪlant production ਦੇ ਮਾਹਿਰ ਹੋ ਉਹ ਜਦੋਂ ਅਸੀਂ ਗੱਲਾਂ ਕਰਨੇ ਆ ਦਵਾਈਆਂ ਦੀਆਂ ਖਾਦਾਂ ਦੀਆਂ ਇਹ ਬੜੀਆਂ ਇਸਤੇਮਾਲ ਹੋਣ ਡੀਆਂ ਕਿਤੇ ਨਾ ਕਿਤੇ ਇਹ ਵੀ ਵਾਤਾਵਰਨ ਨੂੰ ਪੁਲੀਤ ਕਰਦੀਆਂ ਔਰ ਸਾਡੀ ਜ਼ਮੀਨ ਦੀ ਬਜਾਊ ਸ਼ਕਤੀ ਘਟਾਉਂਦੀਆਂ ਵੀ ਹੈਗੀਆਂ ਭਾਵੇਂ ਅਸੀਂ ਵੱਧ ਝਾੜ ਲੈਣ ਵਾਸਤੇ ਇਹਨਾਂ ਇਸਤੇਮਾਲ ਕਰਨੇ ਆ ਕਿਤੇ ਨਾ ਕਿਤੇ ਨੁਕਸਾਨ ਵੀ ਹੋਣ ਡਿਆ ਗਲਾਟੀ ਸਾਹਿਬ ਜਿੱਦਾਂ ਯੂਨੀਵਰਸਿਟੀ ਵੱਲੋਂ ਜੋ ਰეკਮੈਂਡਡ ਰეკਮੈਂਡੇਸ਼ਨ ਕੀਤੀਆਂ ਗਈਆਂ ਦਵਾਈਆਂ ਜੇ ਆਪਾਂ ਉਹਨਾਂ ਨੂੰ ਸਹੀ ਮਾਤਰਾ ਦੇ ਵਿੱਚ ਵਰਤਾਂਗੇ ਤੇ ਉਹਦਾ ਫਾਇਦਾ ਹੁੰਦਾ ਜਦੋਂ ਆਪਾਂ ਨੂੰ ਉਹਨਾਂ ਦੀ ਓਵਰਡੋਜ਼ ਵਰਤਨੇ ਆ ਜਾਂ ਪਾਣੀ ਦਾ ਪਾਣੀ ਪੂਰਾ ਨਹੀਂ ਲਾਉਂਦੇ ਪਾਣੀ ਪੂਰਾ ਨਹੀਂ ਵਰਤਦੇ ਫਸਲ ਵਾਸਤੇ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਉਹਦੀ ਕਨਸੈਂਟ੍ਰੇਸ਼ਨ ਦਵਾਈ ਦੀ ਵੱਜ ਜਾਂਦੀ ਆ ਜਿਦੇ ਕਰਕੇ ਦਵਾਈ ਫਸਲ ਦੇ ਉੱਤੇ ਜ਼ਿਆਦਾ ਨੁਕਸਾਨ ਹੁੰਦਾ ਤੇ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਇਹ ਵਾਤਾਵਰਣ ਦੇ ਸਬੰਧ ਵਿੱਚ ਇਹੋ ਹੀ ਗਾਹਗਾ ਕਿ ਜਿੰਨੀ ਵੀ ਯੂਨੀਵਰਸਿਟੀ ਵੱਲੋਂ ਰეკਮੈਂਡਡ ਡੋਜ਼ ਕੀਤੀ ਗਈ ਜਾਂ ਪਾਣੀ ਦੀ ਮਾਤਰਾ ਦੱਸੀ ਜਾਂਦੀ ਆ ਉਹਦੇ ਸਪਾਰਸ਼ ਦੇ ਹਿਸਾਬ ਨਾਲ ਹੀ ਸਪਰੇਅ ਕੀਤੀ ਜਾਵੇ। ਸਰੇਂਦਰ ਸਿੰਘ ਅੱਛਾ ਜੀ। ਸਨਮਤ ਦਲੀਪ ਸਿੰਘ ਅੱਛਾ ਜੀ। ਪਿੰਡ ਫਤੇਪੁਰ ਸਹੀ। ਇਸੇ ਪਿੰਡ ਚੋਂ ਕੀ ਖੇਤੀ ਕਰਦੇ ਹੋ? ਖੇਤੀ ਕਰਦਾ ਜੀ ਥੋੜੀ ਜਾਈ। ਤੁਹਾਡੇ ਜ਼ਿਲ੍ਹੇ ਦੇ ਵਿੱਚ ਤੇ ਮੈਂ ਬੜੀ ਹਰੀਆਂ ਹਵਲ ਵੇਖਣ ਡਿਆਂ। ਲੇਕਿਨ ਜੇ ਪੰਜਾਬ ਦੇ ਬਾਕੀ ਇਲਾਕੇ ਚ ਚਲੇ ਜਾਈਏ ਕਿਤੇ ਰੁੱਖ ਨਜ਼ਰ ਨਹੀਂ ਆਉਂਦੇ ਕਈ ਵਾਰੀ ਹਨਾ ਇੱਥੇ ਤੇ ਖੂਹਾਂ ਤੇ ਵੀ ਰੁੱਖ ਲੱਗੇ ਆ ਜਿੱਥੇ ਆਪਾਂ ਖੜੇ ਆ ਇੱਥੇ ਦੇਖੋ ਆ ਤੇ ਇਹ ਤੁਸੀਂ ਸੁਣਿਆ ਨਹੀਂ ਦਿਓਗੇ ਵੀ ਇਸ ਬਸੇ ਆਪਾਂ ਨੂੰ ਚਲਣਾ ਚਾਹੀਦਾ ਹੈ ਤਾਂ ਕਿ ਵਾਤਾਵਰਨ ਸਹੀ ਹੋ ਸਕੇ ਦੇਖੋ ਸਰ ਮੈਂ ਬਿਲਕੁਲ ਇਸ ਚੀਜ਼ ਨੂੰ ਫੋਲੋ ਕੀਤਾ ਮੈਂ ਖੇਤੀ ਦੇ ਵਿੱਚ ਨੁਕਸਾਨ ਵੜਾਇਆ ਖੇਤੀ ਦੇ ਵਿੱਚ ਬਚਤ ਕੋਈ ਨਹੀਂ ਡਾਕਟਰ ਸਾਹਿਬ ਘਲਾਟੀ ਸਾਹਿਬ ਸਹੀ ਖੇਤੀ ਦੇ ਵਿੱਚ ਕੋ ਤਾਂ ਜਾਨਵਰ ਖਾ ਜਾਂਦੇ ਆ ਕੋਈ ਜੰਗਲੀ ਸੂਰਾਂ ਦਾ ਪਰਮਾ ਰਿਹਾ ਇੱਥੇ ਜੰਗਲੀ ਜਾਨਵਰ ਗਾਈਆਂ ਜੋ ਆਵਾਰਾ ਡੰਗਰ ਇਹ ਵੱਡੀ ਪ੍ਰੋਬਲਮ ਹੈ ਮੈਂ ਪਹਿਲੇ ਬੇਨਤੀ ਕੀਤੀ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਮੈਂ ਸਾਡੇ ਸਾਡੇ ਸਮੱਸਿਆ ਆ ਇਹਨੂੰ ਸੋਲਵ ਕਰੋ ਤੇ ਬਾਕੀ ਮੈਂ ਤਾਂ ਹੁਣ ਖੇਤੀ ਤੋਂ ਮੈਂ ਕਹਿੰਨਾ ਵੀ ਪਪਲਰ ਜਸ ਪੈਦਾ ਇਹ ਮੈਂ ਲਾਇਆ ਖੁਦ ਮੈਂ ਫੋਲੋ ਕੀਤਾ ਅੰਕਲੇ ਮੈਂ ਫਿਲਹਾਲ ਲਾਇਆ ਫਿਰ ਜਿਆਦਾ ਲੰਮਾ ਤੇ ਪਪਲਰ ਚ ਕੋਈ ਫਸਲ ਵੀ ਬੀਜਦੇ ਕੋਈ ਹੋਰ ਮੈਂ ਮੱਕੀ ਬੀਜੀ ਸਰ ਮੱਕੀ ਹੋ ਗਈ ਉਹ ਥੋੜੇ ਸੂਰ ਆ ਗਏ ਸੂਰਾਂ ਇੰਤਵਾਹ ਕਰ ਦਿੱਤੀ ਮੱਕੀ ਬਾਦ ਬੜੇ ਗ੍ਰੋਥ ਬੜੀ ਵਧੀਆ ਹੋਈ ਇਹ ਬਿਲਕੁਲ ਜੀ ਸਾਡੇ ਡੀਸਾ ਜਣੇ ਉਹ ਬੜੇ ਇਸ ਮਸਲੇ ਤੇ ਗੰਭੀਰ ਨੇ ਕਿਉਂਕਿ ਜਿਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਗਊਸ਼ਾਲਾ ਬਣੀਆਂ ਹੋਈਆਂ ਨੇ ਆ ਕੇ ਕਿਉਂਕਿ ਪਿਛਲੇ ਹੁਣੇ ਆ ਸਮੇਂ ਦੇ ਵਿੱਚ ਜਿਹੜੀ ਆ ਉਹ ਪਸ਼ੂਆਂ ਦੀ ਗਾਵਾਂ ਦੀ ਜਿਹੜੀ ਲੰਪੀ ਦੀ ਬਿਮਾਰੀ ਚੱਲ ਪਈ ਸੀ ਉਹਨਾਂ ਨੂੰ ਮੁੱਖ ਰੱਖਦੇ ਹੋ ਕਿਉਂਕਿ ਉਹ ਪਸ਼ੂ ਤੋਂ ਪਸ਼ੂ ਤੇ ਫੈਲਦੀ ਸੀ ਆ ਕੇ ਫਿਰ ਸਾਰੇ ਮੀਟਿੰਗ ਹੋਈ ਸਾਰੇ ਮਹਿਕਮਿਆਂ ਨੂੰ ਜਾਹਰਾਇ ਕੀਤਾ ਗਿਆ ਆ ਕੇ ਹੁਣ ਕੁਝ ਜਿਹੜੀਆਂ ਜਗ੍ਹਾ ਨੇ ਜਿਹੜਾ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਮਤਲਬ ਕਿ ਇਹ ਕਰਕੇ ਐਕਵਾਇਰ ਕਰਕੇ ਜਾਂ ਉਹਨਾਂ ਨੂੰ ਲੈ ਕੇ ਉੱਥੇ ਜਿਹੜਾ ਉਹਨਾਂ ਦਾ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਤਾਂ ਕਿ ਉਹ ਜਿਹੜੇ ਫਸਲ ਦੇ ਜਿਹੜੇ ਨੇ ਉਹ ਨਾ ਨੁਕਸਾਨ ਹੋਵੇ ਔਰ ਡੀ ਸਾਹ ਵੱਲੋਂ ਇਹ ਜਿਹੜੇ ਆ ਹੁਕਮ ਵੀ ਜਾਰੀ ਕੀਤੇ ਗਏ ਨੇ ਆ ਕੇ ਵੀ ਸੜਕ ਦੇ ਉੱਤੇ ਜਿਹੜਾ ਕੋਈ ਉਹ ਜਾਨਵਰ ਜਿਹੜਾ ਨਾ ਆਵੇ ਲੈ ਕੇ ਉਹ ਸਾਰੇ ਮਹਿਕਮਿਆਂ ਦੀ ਉਹਨਾਂ ਨੇ ਡਿਊਟੀ ਵੀ ਲਾਈ ਆ ਕੇ ਔਰ ਇਹਦੇ ਵਾਸਤੇ ਜਿਹੜਾ ਪ੍ਰਬੰਧ ਬਿਲਕੁਲ ਹੋ ਰਿਹਾ ਨੇ ਕਿਸਾਨ ਵੀਰਾਂ ਨੂੰ ਡਰਨ ਦੀ ਲੋੜ ਨਹੀਂ ਕੀ ਸ਼ੁਭਨਾਵ ਆਪਣਾ ਜੀ ਜਗਦੀਸ਼ ਸਿੰਘ ਪਿੰਡ ਚੱਕ ਗੁਜਰਾਤ ਜੀ ਜੀ ਇੱਕ ਸੇ ਪਿੰਡ ਆਪਣਾ ਲੱਗ ਗਈ ਚੱਕ ਗੁਜਰਾਂ ਅੱਛਾ ਇਹ ਤਾਂ 2 ਕਿਲੋਮੀਟਰ 3 ਕਿਲੋਮੀਟਰ ਦਾ ਅੱਛਾ ਖੇਤੀ ਕਰਦੇ ਜੀ ਕੀ ਕਰਦੇ ਸਰ ਕਿੰਨੀ ਪੈਲੀ ਹੈ ਤਾਂ ਸਿਰਫ 5 ਕਿੱਲੇ ਅੱਛਾ ਅੱਛਾ ਹਾਂਜੀ ਮੈਂ ਡਾਕਟਰ ਸਾਹਿਬ ਨਾਲ ਇਹ ਇੱਕ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਮੱਕੀ ਦੀ ਫਸਲ ਨੂੰ ਇੰਨੀ ਸੁੰਢੀ ਪੈਂਦੀ ਹੈ ਉਹ ਸੁੰਢੀ ਦਾ ਕੋਈ ਇਲਾਜ ਵੀ ਨਹੀਂ ਚੱਲ ਰਿਹਾ ਕਿ ਆ ਇਹ ਜਿਹੜਾ ਬਦਤਵੰਦੀ ਤਬਦੀਲੀ ਦੇ ਕਾਰਨ ਹੋ ਰਿਹਾ ਜਾਂ ਕੋਈ ਹੋਰ ਕਾਰਨ ਹੈ ਇਹਨਾਂ ਦਾ ਮੈਡਮ ਸੰਦੀਪ ਸੈਣੀ ਜੀ ਜਿਹੜੇ ਕਿ ਇਸ ਪੱਖੋਂ ਜਾਣਕਰ ਨੇ ਇਸ ਇਲਾਕੇ ਦੀ ਤੌਰ ਖੇਤੀਬਾੜੀ ਵਿਕਾਸ ਅਫਸਰ ਕੰਮ ਕਰਨ ਰਹੇ ਨੇ ਹਾਂਜੀ ਮੈਡਮ ਜੀ ਸਰ ਜਿਹੜੀ ਵਾਤਾਵਰਣ ਦੀ ਤਬਦੀਲੀ ਹੋ ਰਹੀ ਆ ਉਹਦੇ ਨਾਲ ਨਾਲ ਕੀੜੇ ਮਕੌੜਿਆਂ ਦੇ ਵਿੱਚ ਵੀ ਤਬਦੀਲੀਆਂ ਆ ਰਹੀਆਂ ਨੇ ਕਾਫੀ ਤੇ ਫਾਲ ਆਰਮੀ ਵਾਰਮ ਦੀ ਜਿਵੇਂ ਕਿ ਮੱਕੀ ਦੇ ਵਿੱਚ ਗੱਲ ਕੀਤੀ ਆ ਇਹਨਾਂ ਨੇ ਫਾਰਮਰ ਨੇ ਸਾਡੇ ਤੇ ਇਹ ਸਰ ਪਹਿਲੀ ਵਾਰੀ ਦੱਖਣੀ ਭਾਰਤ ਦੇ ਵਿੱਚ ਉੱਥੋਂ ਸ਼ੁਰੂ ਹੋਇਆ ਏ ਆਪਣੇ ਭਾਰਤ ਦੇ ਵਿੱਚ ਤੇ ਹੌਲੀ ਹੌਲੀ ਇਹ ਸਾਡੇ ਉੱਤਰ ਭਾਰਤ ਵਾਲੀ ਸਾਈਡ ਤੇ ਵੀ ਆਉਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਰ ਜਿਵੇਂ ਕਿ ਆਪਾਂ ਵਾਤਾਵਰਣ ਨੂੰ ਅਣਗੌਲੀਆਂ ਕਰਕੇ ਪੂਰਾ ਹੀ ਸਾਲ ਅਸੀਂ ਮੱਕੀ ਦੀ ਕਾਸ਼ਤ ਕਰ ਰਹੇ ਹਾਂ ਤੇ ਸਰ ਇਹਦੇ ਜਿਹੜੇ ਕੈਰੀਓਵਰ ਹੋ ਰਿਹਾ ਏ ਅੱਗੇ ਤੋਂ ਅੱਗੇ ਜਿਵੇਂ ਕਿ ਆਪਣੀ ਬਹਾਰ ਉਤ ਵਾਲੀ ਮੱਕੀ ਦੀ ਪਛਾਣ ਕੀ ਏ ਇਹਦੀ ਪਛਾਣ ਹੈ ਸਰ ਕਿ ਇਹਦੇ ਜਿਹੜੀ ਪੂਛ ਵਾਲੀ ਸਾਈਡ ਦੇ ਉੱਤੇ ਚਾਰ ਡਾਟ ਹੁੰਦੇ ਨੇ ਤੇ ਜਿਹੜੀ ਇਹਦੀਆਂ ਫੇਸ ਹੁੰਦਾ ਜਿਸ ਸਾਈਡ ਦੇ ਉੱਤੇ ਉਥੇ ਉਲਟੀ ਵਾਈ ਜਿਹੜੀ ਆਪਣੀ ਹੁੰਦੀ ਆ ਤੇ ਸਰ ਇਹਦਾ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਦੇਖ ਮੱਕੀ ਨਹੀਂ ਹੁੰਦੀ ਤੇ ਫਿਰ ਇਹ ਖੇਤਾਂ 'ਚ ਹੀ ਰਹਿੰਦਾ ਕਿ ਜਾਇ ਹਾਂਜੀ ਸਰ ਮੱਕੀ ਦੇ ਜਿਹੜੇ ਆਪਣੇ ਰੈਜ਼ਿਡਿਊ ਬਚ ਜਾਂਦੇ ਨੇ ਬਾਅਦ ਦੇ ਵਿੱਚ ਹਾਂਜੀ ਉਹਨਾਂ ਦੇ ਵਿੱਚ ਵੀ ਕਰਦਾ ਆ ਤੇ ਸਰ ਇਹ ਮੱਕੀ ਲਗਾਤਾਰ ਹੀ ਆਪਣੀ ਲੱਗਦੀ ਹੀ ਰਹਿੰਦੀ ਆ ਤੇ ਮੱਕੀ ਤੋਂ ਅਗਲੀ ਮੱਕੀ ਦੇ ਉੱਤੇ ਚਲਿਆ ਜਾਂਦਾ ਹੱਲ ਕੀ ਹੈ ਦਾ ਦੇਖੋ ਮੱਕੀ ਵੀ ਆਪਾਂ ਲਾਣੀ ਹੈ ਮੱਕੀ ਬੜੀ ਵਧੀਆ ਫਸਲ ਹੈ ਡਾਇਵਰਸਿਫਿਕੇਸ਼ਨ ਦੀ ਸਰਕਾਰ ਦੀ ਪਾਲਿਸੀ ਹੈ ਕਿ ਮੱਕੀ ਨੂੰ ਆਪਾਂ ਮੱਕੀ ਤੇ ਰਕਬਾ ਵਧਾਉਣਾ ਹੈ ਤੇ ਫਿਰ ਕਰੀਏ ਕੀ ਆਪਾਂ ਹਾਂਜੀ ਸੋ ਇੱਕ ਤਾਂ ਪਹਿਲਾਂ ਕਿ ਜਿਹੜੀ ਵੀ ਮੈਕਾਨੋ ਵੱਲੋਂ ਸਿਫਾਰਿਸ਼ ਕੀਤੀ ਗਈ ਆ ਉਸੇ ਤਰੀਕ ਤੋਂ ਮਤਲਬ ਮੱਕੀ ਜਿਹੜੀ ਆ ਉਹਨੇ ਉਸ ਟਾਈਮ ਤੋਂ ਹੀ ਲਗਾਉਣੀ ਆ ਆਪਾਂ ਸ਼ੁਰੂ ਕਰੀਏ ਤੇ ਜਿਹੜੇ ਨਾਲ-ਨਾਲ ਲੱਗਦੇ ਖੇਤ ਆ ਉਹਨਾਂ ਦੇ ਵਿੱਚ ਆਪਾਂ ਜਿਵੇਂ ਵਖਵੇ ਤੇ ਨਾਲਾਈਏ ਕਿਉਂਕਿ ਉਹ ਫਿਰ ਅੱਗੇ ਤੋਂ ਅੱਗੇ ਵੱਧਦਾ ਜਾਊਗਾ ਉਹਨੂੰ ਆਪਣੇ ਜਿਹੜੇ ਆ ਜੀਵਨ ਕਾਲ ਦੇ ਲਈ ਅੱਗੇ ਤੋਂ ਅੱਗੇ ਖੁਰਾਕ ਮਿਲਦੀ ਰਹੂਗੀ ਕੀ ਆਪਣਾ ਸ਼ਬਨਾਵ ਜੀ ਸਤਵੀਰ ਸਿੰਘ ਜੀ ਅੱਛਾ ਇਸੇ ਪਿੰਡ ਜਿਹ ਰਹਿੰਦੇ ਹੋ ਨਹੀਂ ਮਹਿਰਮਪੁਰ ਪਿੰਡ ਆ ਕੀ ਬਾਤ ਹੈ ਤੇ 바ਵਾ ਦੂਰ ਪੈ ਜਾਂਦਾ ਮੈਨੂੰ ਲੱਗਦਾ ਨਹੀਂ 6 ਕਿਲੋਮੀਟਰ ਅੱਛਾ ਅੱਛਾ ਖੇਤੀ ਕਰਦੇ ਹੋ ਖੇਤੀ ਕਰਦੇ ਸੋ ਗੱਲਬਾਤ ਆਪਣੀ ਖੇਤੀ ਦੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਇਸ ਕੀ ਜਿਹੜਾ ਕਣਕ ਦਾ ਝਾੜ ਹੀ ਨਾ ਘਟਿਆ ਉਹਦੀ ਕੀ ਵਜ੍ਹਾ ਹੋਈ ਵਿੱਚ ਉਹ ਜੱਕਦਮ ਬਹੁਤ ਸਰੋਂ ਦਾ ਵੀ ਝਾੜ ਘਟ ਗਿਆ ਕਣਕ ਦਾ ਵੀ ਘਟ ਗਿਆ ਵੀ ਕੀ ਪ੍ਰੋਬਲਮ ਹੈ ਕਿੰਨਾ ਝਾੜ ਘਟ ਗਿਆ ਸੀ ਤੁਹਾਡਾ ਸਾਡਾ ਝਾੜ ਜਿਹੜੇ ਸਰੋਂ ਸਗੀ ਸੰਤੂ ਜਿਹੜੇ ਦੇਖਦੇ ਲੋਕ ਉਹ ਤਾਂ ਕਹਿੰਦੇ 12 ਕੁਆਟਾ ਤੇ 13 ਕੁਆਟਾ ਨਿਕਲੂ ਨਿਕਲੀ ਜਾ ਕੇ 6 ਪੁਆਇੰਟ ਅੱਛਾ ਹਾਂਜੀ ਤੇ ਕਣਕ ਦਾ ਕਣਕ ਦਾ ਕੋਈ ਕਾਫੀ ਘਟ ਗਿਆ ਇੱਕ ਮੋਦੀ ਤਰ੍ਹਾਂ ਕਿਹੜੀ ਵੈਰਾਈਟੀ ਸੀਗੀ ਹਾਂਜੀ ਕਿਹੜੀ ਵੈਰਾਈਟੀ ਸੀ 155 ਫਰਵਰੀ ਮਾਰਚ ਦੇ ਵਿੱਚ 2022 ਦੇ ਵਿੱਚ ਕਾਫੀ ਟੈਂਪਰੇਚਰ ਵਧ ਗਿਆ ਜਿਹਦੇ ਨਾਲ ਜਦੋਂ ਨਸਾਰੇ ਤੇ ਕਣਕਾਈ ਸਿੱਟਿਆਂ ਦੇ ਉੱਤੇ ਤੇ ਉਹਦੇ ਸਿੱਟੇ ਦੇ ਜਿਹੜਾ ਦਾਣਾ ਹੀ ਉਹ ਸੁੰਗੜ ਗਿਆ ਤੇ ਉਸ ਕਰਕੇ ਜਿਹੜਾ ਸਾਡੇ ਜ਼ਿਲ੍ਹੇ ਦਾ ਐਵਰੇਜ ਝਾੜ ਹੀ 18 ਤੋਂ 22 ਕੁਇੰਟਲ ਦੇ ਨੇੜੇ ਆਉਂਦਾ ਸੀ ਪਰ ਏਕੜ ਉਹ ਜਾ ਕੇ 8 ਕੁਇੰਟਲ ਤੋਂ ਲੈ ਕੇ 12 ਕੁਇੰਟਲ ਹੀ ਰਹਿ ਗਿਆ ਇਸ ਕਰਕੇ ਗਰਮੀ ਦੇ ਨਾਲ ਦਾਣਾ ਸੁੰਗੜਦੇ ਨਾਲ ਕਣਕ ਦਾ ਝਾੜ ਘਟਿਆ ਬਿਲਕੁਲ ਜੀ ਔਰ ਨਾਲ ਦੇ ਨਾਲ ਮੈਂ ਸਮਝਦਾ ਕਿ ਡਾਕਟਰ ਸੁਖਪਾਲ ਵੀਰ ਜੀ ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਮੌਸਮ ਦੀ ਜਾਣਕਾਰੀ ਬੜੀ ਜ਼ਰੂਰੀ ਹੈ ਹੁਣ ਕਿਸਾਨ ਨੂੰ ਪਤਾ ਨਹੀਂ ਵੀ ਅਗਾ ਕੀ ਹੋਣਾ ਮੀ ਗਦੋਂ ਪੈਣੇ ਆ ਅੱਜ ਕੱਲ ਮੀ ਇੱਥੇ ਪੈਣ ਡਿਆ ਕਿਤੇ ਹੋਰ ਨਹੀਂ ਪੈਣ ਡਿਆ ਕਈ ਵਾਰੀ ਗੜੇਮਾਰੀ ਇਲਾਕੇ ਚ ਹੋ ਜਾਂਦੀ ਹੈ ਕਈ ਵਾਰੀ ਮੌਸਮ ਦਾ ਪ੍ਰਭਾਵਿਕ ਥਾਂ ਦੇ ਜ਼ਿਆਦਾ ਹੋ ਜਾਂਦਾ ਸੋ ਉਸ ਪੱਖੋਂ ਐਡਵਾਈਜ਼ਰੀ ਬੜੀ ਜ਼ਰੂਰੀ ਹੈ ਕਿਸਾਨ ਨੂੰ ਜਾਣਕਾਰੀ ਦੇਣੀ ਬੜੀ ਜ਼ਰੂਰੀ ਹੈ ਇਸ ਬਾਰੇ ਤੋਂ ਵੀ ਉਪਰਾਲਾ ਮਹਿਕਮਾ ਕਰਨ ਡਿਆ ਜੀ ਬਿਲਕੁਲ ਘਾਟੀ ਸਾਹਿਬ ਮਹਿਕਮਾ ਉਪਰਾਲਾ ਕਰਦਾ ਔਰ ਇਹਦੀਆਂ ਇਹਦੇ ਰਿਗਾਰਡਿੰਗ ਵੈਦਰ ਐਪਸ ਵੀ ਬਹੁਤ ਸਾਰੀਆਂ ਜਿਹੜੀਆਂ ਬਣੀਆਂ ਹੋਈਆਂ ਔਰ ਖਾਸ ਤੌਰ ਤੇ ਪੀਏਯੂ ਦੀ ਬਹੁਤ ਵੱਡਾ ਉਪਰਾਲਾ ਹੈਗਾ ਵੈਦਰ ਬਾਜ ਬਣਾਈ ਹੋਈ ਔਰ ਤਕਰੀਬਨ ਸਾਡੇ ਇੰਨੇ ਵੀ ਫਾਰਮਰ ਆਏ ਹੋਏ ਨੇ ਔ ਔਰ ਉਤੋਂ ਬਹੁਤ ਵਧੀਆ ਉਹਨਾਂ ਨੂੰ ਹੁਣ ਜਿਹੜਾ ਜਾਣਕਾਰੀ ਮਿਲਦੀ ਹੈ ਜੇ ਹੁਣ ਫਾਰ ਐਗਜ਼ਾਮਪਲ ਜੇ ਆਲੂਆਂ ਦਾ ਉਹਨਾਂ ਨੇ ਲੈਣਾ ਹੈਗਾ ਆਲੂਆਂ ਦੇ ਸੀਜ਼ਨ ਦੇਖ ਕੇ ਇਹਨਾਂ ਨੇ ਸਾਰਿਆਂ ਨੇ ਦੇਖ ਲਿਆ ਵੀ ਕਦੋਂ ਬਾਰਿਸ਼ ਹੋਣੀ ਹੈ ਉਹਨੂੰ ਕਿੰਨਾ ਕੁ ਆਪਾਂ ਡਿਲੇ ਕਰ ਸਕਦੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਉਪਰਾਲੇ ਅਸੀਂ ਕਰਦੇ ਨੇ ਇਹ ਤਾਂ ਫੋਨ ਤੇ ਵੀ ਨਹੀਂ ਟੱਚ ਰਹੀਦਾ ਜੀ ਮੇਰਾ ਨਾਮ ਅਮਨਦਾਸ ਜੀ ਪਿੰਡ ਮੇਰਾ ਟੱਕੀ ਹੈ ਅੱਛਾ ਜੀ ਇੱਥੇ ਲੱਗਿਆ ਹੀ ਪਿੰਡ ਹਾਂਜੀ ਹੈ ਜੀ 2-4 ਕਿਲੋਮੀਟਰ ਤੇ ਮੇਰਾ ਸਵਾਲ ਇਹ ਹੈ ਡਾਕਟਰ ਸਾਹਿਬ ਆ ਜਿਹੜਾ ਵਾਤਾਵਰਣ ਵਿਗੜਦਾ ਪਿਆ ਇਹ ਝੋਨੇ ਦੇ ਉੱਤੇ ਕਿੰਨਾ ਕੁ ਅਫੈਕਟ ਕੀਤਾ ਉਹ ਝੋਨਾ ਜਿਹੜਾ ਮਦਰਾ ਹੀ ਰਹਿ ਗਿਆ ਜੜ ਨਹੀਂ ਕੀਤਾ ਉਹ ਜੜ ਕੀਤਾ ਨਾ ਨਿੱਕਾ ਆ। ਛੋਟਾ ਆ ਮਤ ਤੁਰਿਆ ਹੀ ਨਹੀਂ ਹੈ ਝੋਨਾ। ਤੇ ਇਹਦੇ ਬਾਰੇ ਕਿੰਨਾ ਕੋ ਤੁਹਾਡਾ ਇਹ ਵੈਰਾਈਟੀ ਕਿਹੜੀ ਸੀ ਤੁਹਾਡੀ? 121 ਜੀ। ਤੇ ਕਦੋਂ ਜੀ ਲਾਇਆ ਇਹ ਝੋਨਾ? ਝੋਨਾ ਜੂਨ ਦੇ ਵਿੱਚ ਲਾਇਆ ਸੀ। ਜੂਨ ਦੇ ਅਖੀਰ ਚ ਲਾਇਆ ਸੀ ਪਹਿਲਾਂ ਲਾਤਾ ਇਹ। ਨਹੀਂ 10 ਜੂਨ ਦੇ ਕਰੀਬ। ਅੱਛਾ। ਹਾਂਜੀ ਹਾਂਜੀ ਹਾਂਜੀ। ਤੇ ਕਿੰਨੀ ਕੋ ਬਿਮਾਰੀ ਜ਼ਿਆਦਾ ਹੈ ਕਿ ਥੋੜੀ ਹੈ? ਹੈ ਕੋਈ 30% ਹੈਗੀ ਆ। 30% ਹੈਗੀ ਕੀਤਾ ਕੀ ਫਿਰ ਤੁਸੀਂ ਕੋਈ ਉਪਰਲਾ ਕੀਤਾ? ਕੁਛ ਨਹੀਂ ਕੀਤਾ ਜੀ। ਉਹ ਆਹੀ ਪੁੱਛਣਾ ਚਾਹੁੰਦੇ ਕਿ ਕੀ ਉਹਦਾ ਹਸਾਬ ਤਾ ਹੋ ਸਕਦਾ ਪਿਛਲੇ ਕੁਝ ਸਮੇਂ ਦੇ ਵਿੱਚ ਤਕਰੀਬਨ ਸਾਰੀਆਂ ਕਿਸਮਾਂ ਦੇ ਉੱਤੇ ਪੂਰੇ ਪੰਜਾਬ ਰਾਜ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਮਧਰੇਪਣ ਦੀ ਜਿਹੜੀ ਹੈ ਝੋਨੇ ਦੀਆਂ ਕਿਸਮਾਂ ਦੇ ਉੱਤੇ ਬਿਮਾਰੀ ਵੇਖਣ ਦੇ ਵਿੱਚ ਆਈ ਹੈ ਇਹ ਇੱਕ ਵਾਇਰਲ ਰੋਗ ਹੈ ਜੀ ਵਾਇਰਸ ਦੇ ਕਰਕੇ ਜਿਹੜਾ ਆ ਇਹ ਬਿਮਾਰੀ ਜਿਹੜੀ ਹੈ ਉਹ ਫੈਲੀ ਹੈ ਔਰ ਇਹ ਜਿਹੜੀ ਵਾਇਰਸ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਜੇ ਆਪਾਂ ਨਾਮ ਟੈਕਨੀਕਲ ਗੱਲ ਕਰੀਏ ਤਾਂ ਉਹ ਹੈ ਸਦਰਨ ਬਲੈਕ ਸਟ੍ਰੀਕ ਡਵਾਫ ਵਾਇਰਸ ਜਿਹਦੇ ਕਰਕੇ ਇਹ ਬਿਮਾਰੀ ਫੈਲੀ ਹੈ ਔਰ ਇਹ ਵਾਇਰਸ ਜਦੋਂ ਕਿਤੇ ਵੀ ਕਿਸੇ ਵੀ ਕਿਸਮ ਦੇ ਉੱਤੇ ਦੇਖਣ ਦੇ ਵਿੱਚ ਆਇਆ ਤਾਂ ਉਹ ਜਿਹੜੇ ਸਾਡੇ ਬੂਟੇ ਸੀਗੇ ਝੋਨੇ ਦੇ ਝਾੜ ਜਿਹੜੇ ਸੀਗੇ ਉਹ ਛੋਟੇ ਰਹਿ ਗਏ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਸੁੱਕਣੇ ਵੀ ਸ਼ੁਰੂ ਹੋ ਗਏ ਤੇ ਇਹਦੇ ਜਿਹੜੇ ਵੱਖ-ਵੱਖ ਖੇਤਾਂ ਦੇ ਵਿੱਚ ਜਿਹੜਾ ਆ ਉਹ ਵੱਖ-ਵੱਖ ਤਰੀਕੇ ਆਪਾਂ ਕਹਿ ਦਈਏ ਕਿ ਨੁਕਸਾਨ ਦੀ ਜਿਹੜੀ ਦਰ ਹੈ ਉਹ ਵੱਖ-ਵੱਖ ਦੇਖਣ ਨੂੰ ਮਿਲੀ ਇਹ ਵੈਰੈਟੀ ਤੇ ਆਉਂਦੀ ਕਿਹੇ ਤੇ ਜਾਂ ਸਾਰੇ ਝੋਨੇ ਦੇ ਆਉਂਦੇ ਹੀ ਇਹ ਸਾਰੀਆਂ ਕਿਸਮਾਂ ਤੇ ਜੀ ਦੇਖਣ ਨੂੰ ਮਿਲੀ ਹੈ ਪਰ ਮੁੱਖ ਤੌਰ ਦੇ ਉੱਤੇ ਉਹਨਾਂ ਕਿਸਮਾਂ ਦੇ ਉੱਤੇ ਜਿਹੜੀਆਂ 25 ਜੂਨ ਤੋਂ ਪਹਿਲਾਂ ਅਸੀਂ ਅਗੀਤੀ ਲਵਾਈ ਕੀਤੀ ਹੈ ਜਿਨ੍ਹਾਂ ਕਿਸਾਨ ਵੀਰਾਂ ਨੇ ਤਾਂ ਹੀ ਸਾਡੇ ਵੱਲੋਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਵੀ ਤੇ ਨਾਲ ਮਹਿਕਮਾ ਖੇਤੀਬੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੀਆਂ ਅਸੀਂ ਨਿਰਧਾਰਿਤ ਟ੍ਰਾਂਸਪਲੈਂਟਿੰਗ ਦੀਆਂ ਜਿਹੜੀਆਂ ਝੋਨੇ ਦੀ ਲਵਾਈ ਦੀਆਂ ਮਿੱਥੀਆਂ ਕਈਆਂ ਗਈਆਂ ਹੈ ਉਤੋਂ ਅਗੇਤੀ ਅਸੀਂ ਜਿਹੜੀ ਹੈ ਖੇਤਾਂ ਦੇ ਵਿੱਚ ਲੁਆਈ ਤੋਂ ਗਰੇਸ ਕਰੀਏ ਹੁਣ ਕੀ ਕੀਤਾ ਜਾ ਸਕਦਾ ਹੈ ਇਹਦੇ ਵਾਸਤੇ ਜਿਹੜਾ ਹੈ ਮਹਿਕਮਾ ਨੇ ਵੱਖ-ਵੱਖ ਸਿਫਾਰਿਸ਼ ਕੀਤੀਆਂ ਸਪਰੇਆਂ ਨੇ ਜਿਹਦੇ ਵਿੱਚ ਚੈਸ ਨਾਮ ਦੇ ਜਿਹੜਾ ਕੀ ਬ੍ਰਾਂਡ ਨੇਮ ਹੈ ਪਾਈਮੈਟਰੋਜ਼ ਇਨ ਸాల్ਟ ਹੈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਜਿਹੜੀ ਹੈ ਸਪਰੇਅ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪੈਕਸਲੋਨ ਨਾਮ ਤੇ ਵੀ ਇੱਕ ਦਵਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਸ ਦੀ ਵੀ ਵਰਤੋਂ ਕਰਕੇ ਅਸੀਂ ਇਸ ਦਾ ਜਿਹੜਾ ਹੈ ਕੰਟਰੋਲ ਕਰ ਸਕਦੇ ਹਾਂ ਕਿ ਆਪਾਂ ਇਹ ਬੂਟੇ ਜਿਹੜੇ ਮਧਰੇ ਰਹਿ ਗਏ ਨੇ ਇਹ ਤੋਂ ਝਾੜ ਮਿਲਣ ਦੀ ਉਮੀਦ ਰੱਖੀਏ ਨਹੀਂ ਇਹ ਜੀ ਦੇਖੋ ਇਸ ਸਮੇਂ ਦੇ ਨਾਲ ਜਿਹੜੇ ਆ ਇਹ ਬੂਟੇ ਸੁੱਕ ਰਹੇ ਨੇ ਔਰ ਉਹ ਜਾੜ ਸੋਕੇ ਜਿਹੜਾ ਆ ਦੁਬਾਰਾ ਜਿਹੜਾ ਰਿਵਾਈਵ ਨਹੀਂ ਹੋ ਰਿਹਾ ਇਸ ਕਰਕੇ ਬੇ ਲੋੜੀਆਂ ਸਪਰੇਹਾਂ ਜਾਂ ਕੋਈ ਜੀ ਆਪਾਂ ਇਹ ਬੂਟਿਆਂ ਨੂੰ ਪੁੱਟ ਕੇ ਨਸ਼ਟੀ ਕਰ ਦਈਏ ਫੇਰ ਬਿਲਕੁਲ ਜੀ ਇਹ ਜਿਹੜੇ ਬੂਟੇ ਜਿਹੜੇ ਆ ਕਿਉਂਕਿ ਖੇਤ ਦੇ ਵਿੱਚ ਜੇਕਰ ਸਾਨੂੰ ਲੱਗਦਾ ਹੈ ਕਿ ਕਿਤੇ ਧੋੜੀਆਂ ਦੇ ਵਿੱਚ ਕਿਤੇ ਕੋਈ ਇਕਾਦੁੱਕਾ ਬੂਟੇ ਨੇ ਜਾਂ ਕੁਝ ਬੂਟੇ ਨੇ ਉਹੋ ਜਿਹੇ ਬੂਟਿਆਂ ਨੂੰ ਜਿਹੜਾ ਆ ਪਟ ਕੇ ਨਸ਼ਟ ਕਰ ਦੇਣਾ ਇਹ ਸਭ ਤੋਂ ਬਿਹਤਰ ਹੈ ਜੀ ਕੀ ਸੁਬਣਾਓ ਆਪਣਾ ਜੀ ਰਵਿੰਦਰ ਸਿੰਘ ਪਿੰਡ ਭਟੋਲੀਆਂ ਜੀ ਸਰ ਮੇਰੇ ਹੱਥ ਵਾਲੇ ਇਹ ਹੀ ਆ ਕਿ ਜਿੰਨੇ ਵੀ ਅਸੀਂ ਮਾਰ ਕੀ ਸਰ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਕਿਸੇ ਜ਼ਾਰੇ ਖਲਾਵਾਂਗੇ ਕਿ ਇਹਨਾਂ ਬਿਨਾਂ ਇਸ ਤੋਂ ਬਿਨਾਂ ਆਪ ਕੀ ਖੇਤੀ ਕਰ ਸਕਦੇ ਸੀ ਕੀ ਜ਼ਰਤ ਬਿਨਾ ਮੇਰਾ ਇਹ ਸਵਾਲ ਸਾਬ ਬਹੁਤ ਵਧੀਆ ਤੁਸੀਂ ਗੱਲ ਕੀਤੀ ਏ ਕਿ ਜ਼ਹਿਰਾਂ ਤੋਂ ਬਗੈਰ ਖੇਤੀ ਕਿਵੇਂ ਹੋ ਸਕਦੀ ਹੈ ਡਾਕਟਰ ਸੰਦੀਪ ਸਿੰਘ ਕਿਸਾਨਾਂ ਵੱਲੋਂ ਜਿਹੜੀ ਬੇਲੋੜੀ ਖਾਦ ਦਵਾਈ ਜਿਹੜੀ ਵਰਤੀ ਜਾ ਰਹੀ ਹੈ ਇਹ ਅਸੀਂ ਸਮਝਦੇ ਆ ਪਰ ਜਿੰਨੀ ਪੋਪੂਲੇਸ਼ਨ ਹੈ ਉਹਦੇ ਲਈ ਜਿਹੜੀ ਫੂਡ ਸਿਕਿਉਰਟੀ ਵੀ ਜ਼ਰੂਰੀ ਹੈ ਸੋ ਇਹ ਸਾਡਾ ਇੱਕ ਕਹਿ ਲਓ ਕਿ ਦਿੱਕਤ ਵੀ ਬਣ ਜਾਂਦੀ ਹੈ ਸੋ ਇਹਨਾਂ ਨੇ ਜਿਹੜੀ ਮੈਂ ਸਵਾਲ ਕੀਤਾ ਉਹਦਾ ਮੈਂ ਇੱਕ ਜਵਾਬ ਤਾਂ ਇਹ ਦਊਂਗਾ ਕਿ ਸਾਨੂੰ ਜੋ ਮਾਰਾਂ ਨੇ ਸਿਫਾਰਿਸ਼ ਕੀਤੀ ਹੋਈ ਹੈ ਪਹਿਲਾਂ ਤਾਂ ਕਿਉਂਕਿ ਉਹ ਬਕਾਇਦਾ ਯੂਨੀਵਰਸਿਟੀ ਦੇ 3 ਤੋਂ 5 ਸਾਲ ਦੇ 7 ਸਾਲ ਦੇ ਟ੍ਰਾਇਲ ਹੁੰਦੇ ਆ ਫਿਰ ਹੀ ਕੋਈ ਸਿਫਾਰਿਸ਼ ਜਿਹੜੀ ਦਿੱਤੀ ਜਾਂਦੀ ਹੈ ਸੋ ਉਹ ਜਿਹੜੀ ਡੋਜ਼ ਹੁੰਦੀ ਹੈ ਉਹ ਕੈਲਕੂਲੇਟਡ ਡੋਜ਼ ਹੁੰਦੀ ਹੈ ਉਹਦੇ ਤੋਂ ਵੱਧ ਜੇ ਅਸੀਂ ਡੋਜ਼ ਕਰਾਂਗੇ ਤਾਂ ਫਿਰ ਜਿਹੜਾ ਸਾਡੇ ਵਾਤਾਵਰਣ ਤੇ ਜਾਂ ਸਾਡੀ ਫਸਲ ਤੇ ਨੁਕਸਾਨ ਮਾੜਾ ਹੋਊਗਾ ਇਸ ਤੋਂ ਜਿਹੜੀ ਜਿਹੜੀ ਬਿਨਾਂ ਜਿਹੜੀ ਇਹਨਾਂ ਨੇ ਜੈਵਿਕ ਖੇਤੀ ਦੀ ਗੱਲ ਕੀਤੀ ਹੈ ਜੈਵਿਕ ਖੇਤੀ ਸਾਡੇ ਕਾਫੀ ਫਾਰਮਰ ਕਰ ਵੀ ਰਹੇ ਆ ਬਹੁਤ ਕਿਸਾਨ ਕਰ ਰਹੇ ਆ ਪਰ ਜੈਵਿਕ ਖੇਤੀ ਨੂੰ ਜਿਹੜਾ ਝਾੜ ਨੂੰ ਬਰਕਰਾਰ ਕਰਨ ਦੇ ਲਈ ਸਾਨੂੰ 3 ਤੋਂ 5 ਸਾਲ ਜਿਹੜਾ ਉਹ ਲੱਗ ਜਾਂਦੇ ਆ ਮੇਰਾ ਨਾਮ ਗੁਰਸੇਵਕ ਸਿੰਘ ਜੀ ਮੈਂ ਪੇ ਸਨੋਬਲਪੀਰ ਸਿੰਘ ਪਿੰਡ ਕੱਬਲਾ ਆ ਜੀ ਮੈਂ ਥੋੜਾ ਜਿਹਾ ਬਿਹਾਲੂ ਕਰਦਾ ਥੋੜਾ ਨਾਲ ਗੰਨੇ ਦਾ ਵੀ ਕਰਦਾ ਮੇਰੇ ਕੋਲ 38 ਵੈਰਾਈਟੀ ਆ ਪਿਛਲੇ ਸਾਲ ਬਹੁਤ ਵਧੀਆ ਮੈਂ ਕੇਅਰ ਕਰ ਲਈ ਸੀ ਮਿਲ ਜਿੰਨੀ ਵੀ ਵੈਰਾਈਟੀ ਆ 7-8 ਵੈਰਾਈਟੀਆਂ ਆ ਤੇ ਉਹ ਰਿਲੀਜ਼ ਕਰ ਦਿੱਤੀਆਂ ਪਰ ਉਹਦੇ ਵਿੱਚ ਮਿਲ ਨੇ ਹਜੇ ਤੱਕ ਇਹ ਨਹੀਂ ਵੈਰੀਫਾਈ ਕੀਤਾ ਹੋਇਆ ਕਿ ਕਿਹੜੀ ਅਸੀਂ ਗੇਤੀ ਚਲਾਵਾਂਗੇ ਕਿਹੜੀ ਮਿੱਡ ਚ ਲਈ ਜਾਈ ਵਗੀ ਪਰ ਜਿਹੜੀ ਮਿਲ ਆ ਉਹ ਜ਼ਿੰਮੇਦਾਰਾਂ ਨੂੰ ਇੱਕ ਕਨਫਿਊਜ਼ ਕਰ ਰਹੀ ਆ ਤੇ ਇਹ ਮਿਲ ਦਾ ਇੱਕ 20 ਵੇਚਣੇ ਦਾ ਆਪਣਾ ਜ਼ਰੀਆ ਬਣਾ ਰਹੀ ਆ ਕਿਉਂਕਿ ਉਹ 20 ਵੇਚਣ ਦੇ ਪਿੱਛੇ ਪੈ ਗਏ ਆ ਬਿਲਕੁਲ ਇਹ ਬਹੁਤ ਵਧੀਆ ਇਹਨਾਂ ਨੇ ਜਿਹੜਾ ਸਵਾਲ ਕੀਤਾ ਆ ਕਿ ਔਰ ਉਹ ਇਹਦੇ ਸਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਜਿਹੜੀਆਂ 13 ਕਿਸਮਾਂ ਗੰਨੇ ਦੀਆਂ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਜਿਦੇ ਵਿੱਚੋਂ 6 ਜਿਹੜੀਆਂ ਨੇ ਉਹ ਸਾਡੀਆਂ ਕੀਤੀਆਂ ਨੇ ਔਰ ਜਿਹੜੀਆਂ 7 ਕੀਤੀਆਂ ਨੇ ਔਰ 6 ਜਿਹੜੀਆਂ ਸਾਡੀਆਂ ਪਛੇਤੀਆਂ ਕਿਸਮਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਮਿਲ ਦੀ ਗੱਲ ਕੀਤੀ ਆ ਕਿ ਮਿਲ ਵਾਲੇ ਬਿਲਕੁਲ ਆਪਣੇ ਲੈਵਲ ਦੇ ਉੱਤੇ ਯੂਪੀ ਸਾਈਡ ਤੋਂ ਜਾਂ ਕਿਸੇ ਤੋਂ ਲਿਆ ਕੇ ਆਪਣੀ ਵੈਰਾਈਟੀ ਹੈ ਉਹ ਆਪਣੇ ਮਿਲ ਦੇ ਹਿਸਾਬ ਨਾਲ ਦੇਖ ਲੈਂਦੇ ਵੀ ਸਾਡੀ ਰਿਕਵਰੀ ਜਿਹੜੀ ਆ ਰਹੀ ਹੈ ਔਰ ਜੀਵਨ ਜੀਮਦਾਰ ਨੂੰ ਕੰਫਿਊਜ਼ ਕਰਕੇ ਜਿਹੜੀ ਉਹ ਕਰਾ ਰਹੇ ਨੇ ਹਾਂਜੀ ਕੀ ਸ਼ੁਭਨਾਵ ਆਪਣਾ ਜੀ ਪੰਕਜ ਮਹਿਤਾ ਹਾਂਜੀ ਮਹਿਤਾ ਸਾਹਿਬ ਹਰਿਆਣੇ ਤੋਂ ਜੀ 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 ਪਹਿਲੇ ਤਾਂ ਇਹ ਝੋਨੇ ਤੇ ਗੱਲ ਕਰਨੀ ਆ ਜੀ ਜੀ ਜਿਹੜੀ 121 ਵੈਰਾਈਟੀ ਮੇਨਲੀ ਪੂਰੇ ਪੰਜਾਬ ਚ ਐਤਕੀ ਇਨਫੈਕਟਡ ਹੋਈ ਆ ਜਿਹਨੂੰ ਬਹੁਤ ਜ਼ਿਆਦਾ ਵਾਇਰਸ ਦੀ ਪ੍ਰੋਬਲਮ ਆਈ ਆ ਔਰ ਮੈਂ ਤਾਂ ਪਹਿਲਾਂ ਇਹ ਮੰਗ ਕਰੂੰਗਾ ਸਰਕਾਰ ਤੋਂ ਮਹਿਕਮੇ ਤੋਂ ਕਿ ਇਹ ਵੈਰਾਈਟੀ ਤੇ ਬੈਨ ਕਰਤਾ ਜਾਵੇ ਇਨ ਫਿਊਚਰ ਇਹ ਨਾ ਬੀਜੀ ਜਾਵੇ ਬਹੁਤ 30 ਤੋਂ 40% ਤੱਕ ਬਿਮਾਰੀ ਆ ਜਿਸ ਤਰ੍ਹਾਂ ਬਾਕੀ ਸਾਰਿਆਂ ਦੇ ਬੂਟੇ ਛੋਟੇ ਰਹਿ ਗਏ ਅਗਰ ਸੁੱਕ ਗਏ ਉਹ ਨਹੀਂ ਹੋਇਆ ਸੈਕੰਡ ਜਿਹੜਾ ਤੁਹਾਡਾ ਅੱਜ ਦਾ ਮੇਨ ਪ੍ਰੋਗਰਾਮ ਹੈਗਾ ਬਾਤਾ ਬਰਨ ਤੇ ਜੀ ਬਾਤਾ ਬਰਨ ਤੇ ਅਸੀਂ ਝੋਨੇ ਨੂੰ ਹੀ ਮੇਨਲੀ ਲਿਆ ਹੈਗਾ ਪਰਾਲੀ ਕਿ ਇਹ ਜਲਦੀ ਹੈ ਉਹਦੇ ਲਈ ਮੇਰਾ ਇਹ ਸੁਝਾਅ ਆ ਸਰਕਾਰ ਨੂੰ ਮਹਿਕਮੇ ਨੂੰ ਵੀ ਕਿ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਆ ਉਹ ਸ਼ਾਰਟ ਡਿਊਰੇਸ਼ਨ ਕੀਤੀਆਂ ਜਾਣ ਤਾਂ ਕਿ ਜਦੋਂ ਇਹ ਵਾਕੇ ਤਿਆਰ ਹੋਣੀਆਂ ਫਸਲ ਜ਼ਿਮੀਂਦਾਰ ਨੂੰ ਅਗਲੀ ਫਸਲ ਬੀਜਣ ਲਈ ਟਾਈਮ ਦਾ ਮਿਲ ਸਕੇ ਵਕਫਾ ਮਿਲ ਸਕੇ ਜ਼ਿਮੀਂਦਾਰ ਕੋਲ ਟਾਈਮ ਨਹੀਂ ਹੁੰਦਾ ਕਣਕ ਦੀ ਬਜਾਈ ਕਰਨੀ ਹੁੰਦੀ ਆ ਉਹ ਲੇਟ ਹੋ ਰਿਹਾ ਹੁੰਦਾ ਉਹਦੇ ਨਾਲ ਫਿਰ ਅਗਲੀ ਫਸਲ ਦਾ ਝਾੜ ਘਟਣਾ ਹੁੰਦਾ ਇਸੇ ਕਰਕੇ ਇਹ ਜ਼ਿਮੀਂਦਾਰ ਪਰਾਲੀ ਨੂੰ ਅੱਗ ਲਗਾਉਂਦਾ ਸਭ ਤੋਂ ਵੱਡਾ ਇਸ਼ੂ ਟਾਈਮ ਹੈ ਬਾਕੀ ਸਾਰੀਆਂ ਗੱਲਾਂ ਸੈਕੰਡਰੀ ਆ ਮਸ਼ੀਨਰੀ ਪ੍ਰੋਵਾਈਡ ਕਰਨਾ ਵੀ ਬਹੁਤ ਵੱਡਾ ਇਸ਼ੂ ਆ ਔਰ ਉਹ ਤੁਹਾਨੂੰ ਵਾਸਟ ਲੈਵਲ ਤੇ ਕਰਨੀ ਪੈਣੀ ਹੈ ਕਿਉਂਕਿ ਛੋਟੇ ਛੋਟੇ ਜ਼ਿੰਮੇਦਾਰਾਂ ਨੇ ਕਿਸੇ ਨੇ 2 ਕਿੱਲੇ ਝੋਨਾ ਲਾਆ ਕਿਸੇ ਨੇ ਕਿੱਲਾ ਲਾਆ ਕਿਸੇ ਨੇ ਪੰਜ ਕਿੱਲੇ ਲਾ ਉਹ ਨਾ ਤਾਂ 60 ਹਸਪਾਵਰ ਜਾਂ ਇਸ ਤੋਂ ਵੱਡਾ ਟਰੈਕਟਰ ਰੱਖ ਸਕਦਾ ਨਾ ਉਹ 4-4 ਲੱਖ ਦੀ 3 ਦਿਨ ਲੱਗਦੀ ਮਸ਼ੀਨਰੀ ਲੈ ਸਕਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਮਸ਼ੀਨਰੀ ਸੁਸਾਇਟੀਆਂ ਦੇ ਵਿੱਚ ਪ੍ਰੋਵਾਈਡ ਹੋਏਗੀ ਇੱਕ ਤਾਂ ਉਹਦੇ ਉੱਤੇ ਧਿਆਨ ਬਹੁਤ ਜ਼ਿਆਦਾ ਦੇਣਾ ਪੈਣਾ ਉਹਦੀ ਗਿਣਤੀ ਵਧਾਣੀ ਪੈਣੀ ਹੈ ਤਾਂ ਕਿ ਟਾਈਮ ਤੇ ਜ਼ਿੰਮੇਦਾਰ ਨੂੰ ਮਿਲੇ ਸੈਕੰਡਲੀ ਜਿਹੜੀ ਟਾਈਮ ਬਚੇਗਾ ਵੈਰਾਈਟੀ ਸ਼ਾਰਟ ਪੀਰੀਅਡ ਹੋਵੇ ਲੌਂਗ ਵੈਰਾਈਟ ਉਹ ਜਿਵੇਂ ਐਰਕੀ ਝੋਨੇ ਦੇ ਉੱਤੇ ਸਟੈਂਟਾ ਗ੍ਰੋਥ ਦੀ ਜਿਹੜੀ ਆ ਉਹ ਆਈ ਆ ਉਹ 121 ਵੈਰਾਈਟੀ ਦੇ ਉੱਤੇ ਆਈ ਆ ਇਹਦੇ ਬਾਰੇ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹਣਾ ਆ ਕਿ ਵੀ ਜਿਸ ਤਰ੍ਹਾਂ ਆਪਾਂ ਵਾਤਾਵਰਣ ਦੇ ਗੱਲ ਕਰ ਰਹੇ ਆ ਉਹ ਵਾਤਾਵਰਣ ਦਾ ਵੀ ਇੱਕ ਕਾਰਨ ਆ ਕਿ ਵਾਇਰਸ ਤੇ ਜਲੂ ਆਇਆ ਇਹ ਉਹ ਕੋ ਵਾਤਾਵਰਣ ਦਾ ਵੀ ਇੱਕ ਕਾਰਨ ਹੈਗਾ ਜਿਹਦੇ ਕਰਕੇ ਜਿਹੜੀ ਆਪਣੀ ਸਾਡੀ ਜਿਹੜੀ ਹੈ ਜੀਨਸ ਨੇ ਵੈਰਾਈਟੀ ਦੀਆਂ ਜਿਹੜੀਆਂ ਯੂਨੀਵਰਸਿਟੀ ਪੈਦਾ ਕਰਦੀ ਆ ਔਰ ਥੋੜੇ ਸਮੇਂ ਦੇ ਵਿੱਚ ਵੀ ਉਹ ਵਾਤਾਵਰਣ ਇਫੈਕਟ ਕਰਕੇ ਉਹਦੀ ਜੀਨਸ ਜਦੋਂ ਚੇਂਜ ਹੋ ਜਾਂਦੀ ਆ ਉਹਨਾਂ ਬਿਮਾਰੀਆਂ ਦੀ ਲੜਨ ਦੀ ਔਰ ਗਰੋਥ ਦੀ ਜਿਹੜੀ ਸ਼ਕਤੀ ਘਟ ਜਾਂਦੀ ਹੈ ਉਹ ਵੈਰਾਈਟੀ ਜਿਹੜੇ ਕੋਲ ਫੇਲ ਹੋ ਜਾਂਦੀ ਜਿਸ ਤਰ੍ਹਾਂ 121 ਕਿਸਮ ਦੀ ਇਹਨਾਂ ਨੇ ਗੱਲ ਕੀਤੀ ਆ ਅੱਗੇ ਉਹਦੇ ਉੱਪਰ ਜਿਹੜੀ ਸਭ ਤੋਂ ਜ਼ਿਆਦਾ ਇਹਦੀ ਬਿਮਾਰੀ ਦਾ ਹਮਲਾ ਹੋਇਆ ਔਰ ਬੜੀ ਚੰਗੀ ਗੱਲ ਨੇ ਇਹ ਕੀਤੀ ਕਿ ਥੋੜੇ ਸਮੇਂ ਵਾਲੀਆਂ ਵੈਰਾਈਟੀਆਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਘੱਟ ਸਮਾਂ ਲੈਣਗੀਆਂ ਤੇ ਆਪਾਂ ਨੂੰ ਬਾਅਦ ਵਿੱਚ ਸਮਾਂ ਜ਼ਿਆਦਾ ਮਿਲ ਜੂ ਤੇ ਝਾੜ ਵੀ ਆਪਣਾ ਸਹੀ ਹੋਵੇ ਇਹਦੇ ਵਿੱਚ ਇਹ ਦੇਖੋ ਕਿਸਾਨ ਦੇ ਜਿਹੜੀ ਬਿਲਕੁਲ ਸੁਝਾਅ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਘੱਟ ਸਮੇਂ ਵਾਲੀਆਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਕਹਿਦੇ ਨੇ 126 ਜਿਹੜੀ ਆ ਪ ਬਾਸਮਤੀ ਦੀ 1509 ਕਿਸਮ ਆ ਔਰ ਬਿਲਕੁਲ ਇਹ ਠੁਕਮੀਆਂ ਨੇ ਜਿਹੜੇ ਸਮੇਂ ਤੇ ਹੀ ਕਹਨੇ ਆ ਕੇ ਕਿਉਂਕਿ ਇਹ ਬਿਲਕੁਲ ਜੜੀਆਂ 90 ਤੋਂ 100 ਦਿਨਾਂ ਦੇ ਵਿੱਚ ਜਿਵੇਂ ਕਹਨੇ ਆ ਕੇ ਉਹ ਹੋ ਜਾਂਦੀਆਂ ਆਪਾਂ ਇਹਨਾਂ ਨੂੰ ਲੇਟ ਲਾ ਕੇ ਵੀ ਪਹਿਲਾਂ ਇਹਨਾਂ ਨੂੰ ਕੱਟ ਸਕਦੇ ਆਂ ਔਰ ਸਾਡੇ ਕੋਲ ਕਨਕ ਨਾਲ ਲਈ ਬਿਲਕੁਲ ਹੋ ਜਾਏਗਾ ਇੱਕ ਇਸ ਕਰਕੇ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਯੂਨੀਵਰਸਿਟੀ ਜ਼ੋਰ ਕਮੈਂਡ ਕਰਦੀ ਆ ਬਿਲਕੁਲ ਉਸੋਈ ਵੈਰਾਈਟੀਆਂ ਜਿਹੜੀਆਂ ਕੀਤੀਆਂ ਧੰਨਵਾਦ ਧੰਨਵਾਦ ਜੀ ਮਨਪ੍ਰੀਤ ਜੀ ਸਾਰੇ ਗੰਨੇਵਾਰੇ ਹੀ ਆ ਜੀ ਸਾਡਾ ਸਵਾਲ ਵੀ ਤੇ ਤਕਰੀਬਨ ਸਾਨੂੰ ਇਹ 5-6 ਸਾਲਾਂ ਤੋਂ ਸਾਡੀ ਨਾ ਇਹ ਬੀਜ ਦੇ ਨਾਂ ਤੇ ਬਹੁ ਪਿਛਲੇ ਸਾਲ ਹੀ ਹੁਣਾਂ ਨੇ 95 ਲਾਂਚ ਕੀਤਾ ਸੀਗਾ ਵੀ 95 ਲੈ ਆਉ ਸੀ 15-1500 ਰੁਪਏ ਕਵਾਂਟਲ ਆ ਕੇ ਲਾਇਆ ਤੇ ਲੱਗਾ ਵੀ ਹੋਇਆ ਹੈਗਾ ਤੇ ਹੁਣ ਇਹ ਮਿੱਲਾਂ ਵਾਲੇ ਕਹ ਰਹੇ ਆ ਨਾਂ ਬੀਜੋ ਦੀ ਰਿਕਵਰੀ ਨਹੀਂ ਹੈਗੀ ਜਦੋਂ ਬੀਜ ਵੇਚਣਾ ਸੀਗਾ ਤਾਂ ਉਦੋਂ ਕਹਿੰਦੇ ਇਹਦੀ ਰਿਕਵਰੀ ਬਹੁਤ ਆ ਤੇ ਹੁਣ ਕਹਿੰਦੇ ਰਿਕਵਰੀ ਹੈ ਨਹੀਂ ਇਹਦੀ ਨਾਂ ਬੀਜੋ ਇਹਨੂੰ ਹੁਣ ਫੇਰ ਕਹਦੇ ਆ ਨਵਾਂ 14200 ਇੱਕ ਲੈ ਕੇ ਆਓ ਉਹ 1700 ਰੁਪਏ ਕਵਾਂਟਲ ਮੇਰੇ ਆ ਜੂਪੀ ਤੋਂ ਅਸੀਂ ਫੇਰ ਲੈ ਆਵਾਂਗੇ ਉਹ ਲੈ ਆਵਾਂਗੇ ਅਸੀਂ ਪਰ ਅਗਲੇ ਸਾਲ ਨੂੰ ਫੇਰ ਕਹਿਣਗੇ ਹੋਰ ਕਰੋ ਇਹ ਇਹ ਕੌਣ ਹੈ ਕੌਣ ਜ਼ਿੰਮੇਵਾਰ ਇਹਨਾਂ ਦਾ ਇਹ ਗੱਲਾਂ ਇਹ ਬਿਲਕੁਲ ਇਹਨਾਂ ਦਾ ਬੜਾ ਜੈਨੂਅਰ ਸਵਾਲ ਹੈ ਇਹਦੇ ਬਾਰੇ ਮੈਂ ਤਾਂ ਇਹਨੂੰ ਦੱਸਣਾ ਚਾਹੁੰਨਾ ਕਿਸਾਨ ਵੀਰਾਂ ਨੂੰ ਆ ਕੇ ਵੀ ਪਿਛਲੇ ਪਿਛਲੇ ਹਫਤੇ ਹੀ ਆ ਜਿਹੜਾ ਸਾਡੇ ਉਹ ਗੰਨਾ ਵਿਕਾਸ ਅਫਸਰ ਜਿਹੜੇ ਗਰਦਾਸਪੁਰ ਦੇ ਆ ਉਹਨਾਂ ਕੋਲੇ ਸ਼ਿਕਾਇਤ ਗਈ ਆ ਕੇ ਵੀ ਮਿਲਾਂ ਵਾਲੇ ਜਿਹੜੇ ਨੇ ਜਿਸ ਤਰ੍ਹਾਂ ਨੇ ਕਿਹਾ 1401 ਵੈਰਾਈਟੀ ਦੂਜੀ ਸਾਰੀ ਦੇ ਰਹੇ ਨੇ ਔਰ ਏਸੀਡੀਓ ਵੱਲੋਂ ਮਿਲ ਵਾਲਿਆਂ ਨੂੰ ਇੱਕ ਚਿੱਠੀ ਕੱਢੀ ਗਈ ਆ ਕੇ ਵੀ ਤੁਸੀਂ ਦੱਸੋ ਕਿਸ ਕਪੈਸਿਟੀ ਦੇ ਵਿੱਚ ਜਿਹੜਾ ਇਹ ਤੁਸੀਂ ਵੈਰਾਈਟੀ ਲਿਆ ਕੇ ਇੱਥੇ ਦੇ ਰਹੇ ਜਾ ਕੇ ਕਿਸਾਨਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਤੁਸੀਂ ਕਰ ਰਹੇ ਆ ਕੇ ਔਰ ਉਹਨਾਂ ਨੇ ਇੱਕ ਆਪਣੇ ਅਖਬਾਰ ਦੇ ਵਿੱਚ ਦੇ ਦਿੱਤਾ ਆ ਕੇ ਵੀ ਆ ਸਾਡੀ ਵੈਰੈਟੀ ਬੜੀ ਵਧੀਆ ਦਾ ਝਾੜ ਹੈ ਤੁਸੀਂ ਬੀਜੋ ਤੇ ਉਹ ਕਿਸਾਨ ਵੀ ਜਿਹੜੇ ਨੇ ਉਹ ਫਿਰ ਮਿੱਲਾਂ ਵਾਲਿਆਂ ਤੋਂ ਥੋੜਾ ਜਿਹੇ ਇਲਾਕੇ ਉਹ ਹੋ ਜਾਂਦੇ ਔਰ ਉਸੇ ਵੇਲੇ ਜਦੋਂ ਉਹਦੇ ਤੇ ਕਾਰਵਾਈ ਹੋਈ ਉਸੇ ਵੇਲੇ ਉਹਨੇ ਅਗਲੇ ਦਿਨ ਹੀ ਅਖਬਾਰ ਦੇ ਵਿੱਚ ਦਿੱਤਾ ਆ ਕੇ ਵੀ ਨਹੀਂ ਯੂਨੀਵਰਸਿਟੀ ਦੀਆਂ ਰਿਕਮੈਂਡਡ ਕਿਸਮਾਂ ਨੇ ਜਿਹੜੀਆਂ ਅਸੀਂ ਉਹ ਪਿਛਲੀ ਅਖਬਾਰ ਚ ਦਿੱਤੀਆਂ ਉਹ ਨਹੀਂ ਬੀਜਣ ਦੀਆਂ ਉਹਨੇ ਕਿਉਂਕਿ ਅਸੀਂ ਪ੍ਰੋਗਰਾਮ ਦੇ ਅਖੀਰਲੇ ਦੌਰ ਚ ਪੁੱਜ ਗਏ ਆ ਤੇ ਮਾਹਿਰਾਂ ਦੇ ਇੱਕ ਵਾਰੀ ਸੁਝਾ ਸੁਨੇਹਾ ਜਰੂਰ ਸਾਰਿਆਂ ਮਾਹਿਰਾਂ ਕੋਲ ਲੈ ਲਈਏ ਮੈਂ ਸ਼ੁਰੂਆਤ ਕਰਨਾ ਡਾਕਟਰ ਸੰਦੀਪ ਸੈਣੀ ਜੀ ਤੋਂ ਪਰਾਲੀ ਜਿਹੜੀ ਆ ਅੱਗੇ ਸੀਜ਼ਨ ਆਉਣ ਵਾਲਾ ਆ ਕਟਾਈ ਸ਼ੁਰੂ ਹੋਣ ਵਾਲੀ ਆ ਤੇ ਪਰਾਲੀ ਨੂੰ ਅਸੀਂ ਖੇਤ ਦੇ ਵਿੱਚ ਹੀ ਵਾਕੇ ਉਹਨੂੰ ਅੱਗ ਨਾਲ ਲਗਾਈਏ ਸਭ ਤੋਂ ਵੱਡਾ ਉਪਰਾਲਾ ਇਹੀ ਹੋਊਗਾ ਕਿਉਂਕਿ ਕਿਸਾਨੀ ਨੂੰ ਜ਼ਿਆਦਾਤਰ ਇਹਦੇ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਕਿ ਧੂਆਂ ਜਿਹੜਾ ਆ ਕਾਫੀ ਕ੍ਰੀਏਟ ਕਰਦੇ ਆ ਤੇ ਉਹਨੂੰ ਜਜ਼ਬ ਕਰ ਲਿੱਤਾ ਜਾਵੇ ਆਪਣੀ ਜਿਹੜੀ ਮਿੱਟੀ ਦੇ ਵਿੱਚ ਤੇ ਉਹਦੀ ਉਪਜਾਊ ਸ਼ਕਤੀ ਵਧਾਈ ਜਾਵੇ ਡਾਕਟਰ ਕਰਮਜੀਤ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਹੋਈਆਂ ਕਿਸਮਾਂ ਦਵਾਈਆਂ ਕੀਟਨਾਸ਼ਕ ਜ਼ਹਿਰਾਂ ਦੀ ਡੋਜ਼ ਚੋਣ ਔਰ ਸਮਾਂ ਜਿਹੜਾ ਉਹ ਸਹੀ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜਾ ਆ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਉਸ ਮਿਕਦਾਰ ਦੇ ਵਿੱਚ ਹੀ ਇਹਨਾਂ ਕੀਟਨਾਸ਼ਕ ਜਾਂ ਜ਼ਹਿਰਾਂ ਦੀ ਵਰਤੋਂ ਕਰੀਏ ਡਾਕਟਰ ਸੰਦੀਪ ਸਿੰਘ ਕੀਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਸੀਂ ਵੱਧ ਤੋਂ ਵੱਧ ਦਫ਼ਤਰਾਂ ਦੇ ਵਿੱਚ ਸਾਡੇ ਨਾਲ ਸੰਪਰਕ ਕਰੋ ਸਾਡੇ ਟੈਲੀਫੋਨ ਨੰਬਰ ਆਪਣੇ ਕੋਲ ਰੱਖੋ ਕਿਉਂਕਿ ਬਦਲਦੇ ਮੌਸਮ ਦੇ ਹਿਸਾਬ ਨਾਲ ਸਾਨੂੰ ਆਪਣੇ ਜੋ ਸੋਇੰਗ ਪੀਰੀਅਡ ਆ ਜਾਂ ਜਿਹੜੀ ਸਾਡੇ ਖੇਤੀ ਦੇ ਹੋਰ ਪ੍ਰਬੰਧ ਅਸੀਂ ਕਰਦੇ ਆ ਉਹਨਾਂ ਨੂੰ ਬਦਲਣ ਦੀ ਲੋੜ ਹੈ ਡਾਕਟਰ ਸੁਖਪਾਲ ਵੀਰ ਸਿੰਘ ਜੀ ਮੈਂ ਸਾਰਿਆਂ ਨੂੰ ਇਹ ਗੁਜਾਰਿਸ਼ ਕਰੂੰਗਾ ਕਿ ਪੀਯੂ ਵਿਖੇ ਵੀ ਜੋ ਕਿਸਾਨ ਮੇਲਾ ਲੱਗ ਰਿਹਾ ਉਹਦੇ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਜਿਸ ਜਿੰਨੇ ਵੀ ਸਾਡੇ ਸ਼ੰਕੇ ਹੁੰਦੇ ਨੇ ਉੱਥੇ ਅਸੀਂ ਦੂਰ ਕਰਦੇ ਨੇ ਨਵੀਆਂ ਨਵੀਆਂ ਵੈਰਾਈਟੀਆਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਸ਼ਿਪਾਰਸ਼ ਕੀਤੀਆਂ ਜਿਹੜੀਆਂ ਮਹਿਕਮੇ ਨਾ ਮਹਿਕਮੇ ਰਾਹੀਂ ਤੁਹਾਡੇ ਤੱਕ ਪਹੁੰਚਦੀਆਂ ਉਹਨਾਂ ਨੂੰ ਲਾਓ ਔਰ ਘੱਟ ਤੋਂ ਘੱਟ ਜਿਹੜਾ ਹੈ ਕੀੜੇਮੜ ਦਵਾਈਆਂ ਦਾ ਜਿਹੜਾ ਹੈ ਇਸਤੇਮਾਲ ਕਰੋ ਡਾਕਟਰ ਜਸਵੀਰ ਸਿੰਘ ਜਿਹੜੇ ਕਿ ਸਹਾਇਕ ਖੇਤੀਬਾੜੀ ਸੁਰੱਖਿਆ ਅਫਸਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਚ ਜੜੀਆਂ ਵੀ ਸਿਫਾਰਸ਼ਾਂ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖਾਦ ਦੀਆਂ ਦਵਾਈਆਂ ਦੀਆਂ ਜਾਂ ਸਪਰੇਆਂ ਸੰਬੰਧੀ ਕੀਤੀਆਂ ਜਾਂਦੀਆਂ ਉਹਨਾਂ ਉੱਤੇ ਗੌਰ ਕੀਤਾ ਜਾਵੇ ਖੇਤੀਬਾੜੀ ਵਿਭਾਗ ਦੇ ਜਿਹੜੇ ਡਾਕਟਰ ਸੁਬਾਨ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਵੇ ਡਾਕਟਰ ਗੁਰਦੇਵ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਤੇ ਬੜੀ ਅਫਸਰ ਨੇ ਕਿਉਂਕਿ ਮੌਸਮ ਜਿਹੜਾ ਵਾ ਉਹਦੇ ਤੇ ਆਪਾਂ ਕੰਟਰੋਲ ਨਹੀਂ ਕਰ ਸਕਦੇ ਲੇਕਿਨ ਆਪਾਂ ਨੂੰ ਆਪਣੇ ਜਿਹੜੇ ਖੇਤੀ ਦੇ ਤਰੀਕੇ ਨੇ ਉਹ ਥੋੜੇ ਜਿਹਾ ਆਪਾਂ ਮ ਪੈਸੋ ਦੀਆਂ ਕਿਸਮਾਂ ਆਪਾਂ ਲਈ ਆਈਏ ਨਾਲ ਕਿਸਾਨ ਵੀਰਾਂ ਨੂੰ ਇਹ ਸਲਾਹ ਮੈਂ ਦੇਵਾਂ ਆ ਕਿ ਆਪਾਂ ਝੋਨੇ ਕਣਕ ਨੂੰ ਛੱਡ ਕੇ ਨਾਲ ਹੋਰ ਵੀ ਸਾਇਕ ਧੰਦੇ ਜਿਹੜੇ ਨੇ ਅਪਲਾਈਏ ਬਹੁਤ ਧੰਨਵਾਦ ਅੱਜ ਸਾਰੇ ਮਾਹਿਰਾਂ ਦਾ ਡਾਕਟਰ ਗੁਰਦੇਵ ਸਿੰਘ ਮੁਖੇ ਤੇ ਬੜੀ ਅਫਸਰ ਡਾਕਟਰ ਸੰਦੀਪ ਸਿੰਘ ਸੁਖਬਾਲ ਵੀਰ ਸਿੰਘ ਮੈਡਮ ਸੰਦੀਪ ਸੈਣੀ ਜੀ ਕਰਨਜੀਤ ਸਿੰਘ ਜੀ ਇਹ ਸਾਰੇ ਮਾਹਿਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਉਪਰਾਲਾ ਕੀਤਾ ਤੇ ਜਸਵੀਰ ਸਿੰਘ ਜਿਹੜੇ ਕਿ ਸਾਇਕ ਪੌਦਾ ਸਖੇ ਅਫਸਰ ਨੇ ਬਹੁਤ ਬਹੁਤ ਮਿਹਰਬਾਨੀ ਜੀ किसानों की आमदनी में वृद्धि और देश में कृषि संबंधी इंफ्रास्ट्रक्चर को मजबूती प्रदान करने के लिए भारत सरकार ने जुलाई 2020 में आत्मनिर्भर भारत पैकेज के तहत एग्रीकल्चर इंफ्रास्ट्रक्चर फंड योजना की शुरुआत की थी जो कृषि क्षेत्र के लिए बेहद महत्वपूर्ण साबित हो रही है एग्री फंड योजना के माध्यम से केंद्र सरकार किसानों को फसलों पर बुनियादी ढांचे और सामुदायिक कृषि संपत्तियों के विकास के लिए आर्थिक सहायता प्रदान कर रही है योजना के तहत वर्ष 2025-26 दुछ तक एक लाख करोड़ रूपए के लोन दिए जाएंगे दो करोड़ रूपए तक के ऋण पर तीन प्रतिशत ब्याज सब्सिडी और क्रेडिट गारंटी सहायता प्रदान की गई है कोई भी किसान कृषि उद्यमी एफ प्राथमिक कृषि सहकारी समितियाँ स्वयं सहायता समूह कृषि उपज मंडी समितियां इत्यादि इस योजना का लाभ लेकर देश में गोदाम प्राथमिक प्रसंस्करण इकाइयां, कोल्ड चेन कस्टम हायरिंग सेंटर छंटाई एवं ग्रेडिंग यूनिट इत्यादि स्थापित कर सकते हैं साथ ही कृषि संबंधित आधुनिक तकनीकों के विकास जैसे कि ड्रोन रिमोट सेंसिंग ब्लॉक चेन आईओटी इत्यादि के लिए भी योजना के तहत लाभ लिया जा सकता है लोन लेने की प्रक्रिया बेहद सरल है ऑनलाइन पोर्टल एग्री इंफ्रा डॉट डी एस सी डॉट जी ओ वी डॉट इन लॉग इन करके आवेदन किया जा सकता है सभी आवेदनों का तुरंत निस्तारण किया जा रहा है तेलंगाना के बाना रेड्डी विश्वाराम के स्टार्टअप द्वारा लगाए गए विभिन्न राज्यों में 25 प्रोजेक्ट्स को मात्र एक दिन के अंदर ही स्वीकृति मिल गई। ये किसानों से कृषि उपज की प्रोसेसिंग कराकर सामान को सीधा बाजार में बेच रहे हैं जिससे बड़ी संख्या में किसान लाभान्वित हो रहे हैं दस स्टेट्स में हम डिस्पैच सेंटर्स को लगा रहे हैं उसका प्रोजेक्ट कास्ट एक डिस्पैच सेंटर के लिए 5.9 पॉइंट नाइन हैं इसमें हम अग्री इंफ्रास्ट्रक्चर फंड का स्कीम में अप्लाई किया और तुरंत उसका सारा 25 लोकेशंस का अप्रूवल मिल गया हिमाचल प्रदेश की ढेंगी देवी ने योजना की मदद से ग्रेडिंग और पैकेजिंग यूनिट स्थापित किया है जिससे गांव के अन्य किसानों को भी लाभ हुआ है हनुमानगढ़ की गोलू वाला निवादान ग्राम सेवा सहकारी समिति ने योजना का लाभ लेकर बूम स्प्रेयर खरीदा है इससे लगभग एक दिन के अंदर ये सवा सौ बी स्प्रे करता है और इससे समिति को साढ़े छह हजार प्रतिदिन आमदन हो रही है और इससे हमारा पैक्स परिवार पूर्णतया गवर्नमेंट का तय दिल से शुक्रिया अदा करता है इसी तरह देश भर में हजारों स्वीकृत प्रोजेक्ट के शुरू हो जाने से कृषि क्षेत्र में क्रांति आ रही है योजना के तहत बनाए गए फार्म गेट इंफ्रास्ट्रक्चर से अधिक निवेश के द्वार खुल रहे हैं कृषि का आधुनिकीकरण हो रहा है रोजगार के नए मौके खुल रहे हैं और एग्री सप्लाई चेन में किसानों की भागीदारी बढ़ रही है ਤੁਸੀਂ ਅਭੀ ਇਸ ਯੋਜਨਾ ਕਾ ਲਾਭ ਲੈ ਕੇ ਆਪਣੇ ਔਰ ਦੇਸ਼ ਕੇ ਵਿਕਾਸ ਮੇਂ ਭਾਗੀਦਾਰ ਬਣ ਸਕਤੇ ਹੈ।